असल वालेकम जी मैं हाँ तो अपना सराहकी बिरा तनवीर सारा यूट्यूब चैनल में दे पे आजाद प्रो बलो तो आई सिंह असा तुम्हें देसी चाइनीज जो देहात अंदर बनाई पहाती तरीके बना सीख सूँ तो अगर तो चैनल पर नवे वे तो सारे चैनल सबसक्राइब कर लवो तो सारी भीडियो लाइक भी लाजमी करना है कॉमेंट करके जरूर दसना है कि असेंसी रैसपीज़ किस तरह बनाईए क्योंकि साड़ी हौसला अफजाई होती रहा चलो अ शुरू करें आपकी वीडियो लैसको ए जी बंद गोभी प्याज ਇਹ ਆਲੂ ਕੱਟੇ ਪੈਣ ਤੇ ਇਹ ਟਮਾਟਰ ਮਰਚਾਂ ਤੇ ਸਬਜ਼ ਧਨੀਆ ਪਿਆ ਤੇ ਬੰਦ ਗੋਭੀ ਤੁਸਾਂ ਬਰੀਕ-ਬਰੀਕ ਕੱਟ ਲੈਣੀ ਹੈ ਤੇ ਪਿਆਜ਼ ਨੂੰ ਵੀ ਬਰੀਕ-ਬਰੀਕ ਜਿਹੜਾ ਨਾ ਉਹ ਕੱਟ ਲੈਣਾ ਤੇ ਆਲੂ ਵੀ ਬਰੀਕ ਕੱਟ ਲੈਣਾ ਤੇ ਟਮਾਟਰ ਮਰਚਾਂ ਵੀ ਜਿਵੇਂ ਆਮ ਹਾਲਾਤ ਚ ਆਪ ਕਟ ਕਟੇਨੇ ਯਾਨੀ ਬਰੀਕ-ਬਰੀਕ ਕਰਕੇ ਕੱਟ ਲੈਣਾ ਕੱਟਣ ਤੋਂ ਬਾਅਦ ਇਹ ਜੀ ਮੁਰਗੀ ਦਾ ਗੋਸ਼ਟੇ ਉਬਾਲ ਲੈਣਾ ਉਬਾਲਣ ਤੋਂ ਬਾਅਦ ਇਹਦੀ ਜਿਹੜੀਆਂ ਹੱਡੀਆਂ ਉਹ ਅਲੱਗ ਕਰ ਲੈਣੀਆਂ ਤੇ ਜਿਹੜਾ ਗੋਸ਼ਟ ਹੈ ਪਿਆ ਉਤੋਂ 사이ਡ ਤੇ ਹੱਥ ਨਾਲ ਬਰੀਕ ਬਰੀਕ ਯਾਨੀ ਕੋਦੇ ਹੇਕ-ਹੇਕ ਜਿਹੜਾ ਦਾਣਾ ਆਂਦਾ ਨਾ ਬੋਟੀ ਦਾ ਉਹ ਅਲੱਗ-ਅਲੱਗ ਬੋਟੀਆਂ ਵੇਖੋ ਤਾਂ ਸਾਈ ਤੋਂ ਨਾਲ ਹੱਥ ਨਾਲ 사이ਡ ਤੇ ਕੀਤੀਆਂ ਆਡੀਆਂ 사이ਡ ਤੇ ਕਰ ਲਈਆਂ ਤੇ ਉਸ ਤੋਂ ਬਾਅਦ ਸੇ ਬਰੀਕ ਬਰੀਕ ਯਾਨੀ ਬੋਟੀ ਜਿਹੜੀ ਹੈ ਨਾ ਉਹ ਬਣ ਵੈ ਸੀ ਜਿਵੇਂ ਇਹ ਕਿਸਾਬ ਦਾ ਨਾ ਆਖਿਆ ਉਸ ਤਰ੍ਹਾਂ ਤੁਸੀਂ ਬੋਟੀਆਂ ਨੂੰ ਤਿਆਰ ਕਰ ਲਵਣਾ ਹੈ ਇਹ ਜੀ ਅਸਾਂ ਮੁਰਗੀ ਦਾ ਗੋਸ਼ਟ ਅਲੱਗ ਕਰ ਲਈਏ ਹੱਡੀਆਂ ਅਲੱਗ ਕਰ ਲਈਆਂ ਤੇ ਹੱਥ ਨਾਲ ਜਿਹੜਾ ਸਾਈ ਬੋਟੀਆਂ ਅਲੱਗ ਕਰ ਲਈਆਂ ਨੇ ਐਵੇਂ ਲੱਗਦਾ ਪਿਆ ਜਿਵੇਂ ਕੀਮਾ ਬਣਾਇਓ ਹੋਵੇ ਪਿਆਜ਼ ਇਸ ਤਰ੍ਹਾਂ ਦਾ ਸਹੀਂ ਬਰੀਕ-ਬਰੀਕ ਕੱਟ ਲੈਵਣੇ ਉਹ ਤੁਹਾਡੀ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਕਰੋ ਲੇਕਿਨ ਬਰੀਕ ਲਾਜ਼ਮੀ ਹੋਵੇ ਪਿਆਜ਼ ਕਿਉਂਕਿ ਉਹ ਇੱਕ ਵਜ੍ਹਾ ਸਤੇ ਮਨ ਬਹੁ ਨਹੀਂ ਲੈਸੋ ਤਾਂ ਪਿਆਜ਼ ਰੈੱਡ ਬ੍ਰਾਊਨ ਹੋ ਬਨੇ ਆਲੂ ਮਟਰ ਬੰਦ ਗੋਭੀ ਸਹੀਂ ਅਸਾਂ ਬੋਇਲਡ ਕਰ ਲਈਏ ਯਾਨੀ ਕਿ ਉਬਾਲ ਲਈਏ ਉਬਾਲ ਕੇ ਤੇ ਉਹਨੂੰ ਅੱਛੀ ਤਰ੍ਹਾਂ ਸਹੀਂ ਵਿੱਚੋਂ ਦਾ ਪਾਣੀ ਖੋਸ਼ ਕਰਕੇ ਤੇ ਇੱਕ ਟੋਕਰੀ ਰੱਖ ਲੈਵਣੇ ਇਸ ਤਰ੍ਹਾਂ ਸਹੀਂ ਤੋਂ ਨਜ਼ਰ ਆਂਦਾ ਪੀਓ ਸੀ ਤੇ ਉਸ ਤੋਂ ਬਾਅਦ सबज़ मिर्च कट लवणी आहिनि साईं त मिर्चा कटियूं पई आहिनि कुझु असां साबित रखी उहो असीं टमाटर कट लॻणा आहिनि बरीक बरीक एस नज़र आंदे पियो सऊं साईं ज़बरदस्त करण जी कटाई करणी त पती किथां कटाई अॻिए पहले बि करे असां साईं प्याज़ घो असां देचेज पाली पाक असां रखण चुल्हे ते उते ਸਾਡਾ ਸਈ ਪਿਆਜ਼ ਭੁੰਨੀਦਾ ਖੜੋਤਾ ਹੈ ਘਿਓ ਦੇ ਵਿੱਚ ਤੇ ਐਸੇ ਤੋਂ ਨਜ਼ਰ ਆਂਦਾ ਪੀਓਸੀ ਹਲਕਾ ਹਲਕਾ ਬ੍ਰਾਊਨ ਹੋਂਦਾ ਵੰਦਾ ਜਸਟੈਂਪ ਪਿਆਜ਼ ਹਲਕਾ ਹਲਕਾ ਬ੍ਰਾਊਨ ਹੋ ਵਣੇ ਉਹਦੇ ਅੰਦਰ ਟਮਾਟਰ ਐਡ ਕਰਦੇ ਆਂ ਨੇ ਸਈ ਉਸ ਤੋਂ ਬਾਅਦ ਸਈ ਹਲਦੀ ਹਸਬੇ ਜ਼ਾਇਕਾ ਜਿੰਨੀ ਤੁਸੀਂ ਪਹਿਲੇ ਇਸਤੇਮਾਲ ਕਰਿੰਦੇ ਵੇ ਉਤਨੀ ਪਾ ਲਵਣੀ ਹੈ ਉਸ ਤੋਂ ਬਾਅਦ ਸਈ ਨਮਕ ਹਸਬੇ ਜ਼ਾਇਕਾ ਜਿੰਨਾ ਤੁਸੀਂ ਇਸਤੇਮਾਲ ਕਰਿੰਦੇ ਵੇ ਨਮਕ ਉਤਨਾ ਉਸ ਵਿੱਚ ਐਡ ਕਰ ਲਵਣਾ ਇਹ ਸੈਂ ਕਾਲੀ ਮਿਰਚੇ ਤੁਸੀਂ ਇਹ ਵੀ ਵਿੱਚ ਐਡ ਕਰਨੀ ਕਿਉਂਕਿ ਕਾਲੀ ਮਿਰਚ ਨਾਲ ਬਹੁਤ ਜ਼ਬਰਦਸਤ ਟੇਸਟ ਆਸ ਤੋਂ ਬਾਅਦ ਲਾਲ ਮਿਰਚ ਐਡ ਕਰਨੀ ਹੈ ਸੁਰਖ ਮਿਰਚ ਜਨਵਾਦਨ ਉਹ ਵੀ ਸੈਂ ਤੁਸੀਂ ਹਸਬੇ ਜ਼ਾਇਕਾ ਐਡ ਕਰਨੀ ਹੈ ਜਿੰਨੀ ਇੱਕ ਤੁਸੀਂ ਇਸਤੇਮਾਲ ਕਰਦੇ ਹੋਏ ਇਹ ਸੈਂ ਕਸੂਰੀ ਮੇਥੀ ਜਿਹੜੀ ਕਿ ਅਸਾਂ ਇਸਤੇਮਾਲ ਕਰਨੇ ਹਰ ਸਾਲਾਂ ਦੇ ਅੰਦਰ ਤੇ ਤੁਸੀਂ ਇਹਨੂੰ ਵੀ ਇਸਤੇਮਾਲ ਕਰੇ ਸੋ ਇਹ ਸੈਂ ਕਸੂਰੀ ਮੇਥੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਸਾਲਾਂ ਦੇ ਵਿੱਚ ਉਹ ਬਹੁਤ ਖੂਬਸੂਰਤ ਖੁਸ਼ਬੂ ਆਉਂਦੀ ਹੈ आलू मटर ਤੇ ਬੰਦ ਗੋਭੀ ਅਸਾਂ ਉਬਾਲ ਕੇ ਰੱਖਿਓਏ ਬੋਇਲਡ ਕਰਕੇ ਰੱਖਿਓਏ ਹੁਣ ਸੇ ਤੁਸਾਂ ਉਹ ਐਡ ਕਰ ਦੇਣੀ ਐ ਐਡ ਕਰਨ ਤੋਂ ਬਾਅਦ ਇਹਨੂੰ ਵੇਸਾਂ ਤਾ ਥੋੜਾ ਜਿਹਾ ਪਕਾ ਲਵਣਾ ਇਹਨੂੰ ਯਾਨੀ ਉਹਦਨਾ ਇੱਕ ਪਕਾਉਣਾ ਐ ਕਿ ਜਿੰਨਾ ਕਿ ਉਤੂ ਸੇ ਇਹਦੀ ਭੋਨੀ ਲੱਗ ਬਣੇਨੋ ਹੁਣ ਸੇ ਭੋਨੀ ਲੱਗ ਗਈ ਐ ਹੁਣ ਅਸਾਂ ਵਿੱਚ ਮੁਰਗੀ ਦਾ ਗੋਸ਼ਟ ਐਡ ਕਰੇ ਸੋ ਜਿਹੜਾ ਅਸਾਂ ਆਪ ਹੀ ਅਥਨ ਨਾਲ ਕੀਮਾ ਬਣਾਇਆ ਐ ਸੇ ਗੋਸ਼ਟ ਐਡ ਕਰਨ ਤੋਂ ਬਾਅਦ ਗੋਸ਼ਟ ਨੂੰ ਤੇ ਇਹਨਾਂ ਦੋਵਾਂ ਚੀਜ਼ਾਂ ਨੂੰ ਸੇ ਤੁਮ ਪਕਾ ਲਵਣਾ ਇਹਨੂੰ ਹਲਕੀ ਭੋਨੀ ਲਾ ਲਵਣੀ ਹਲਕੀ ਆਂਚ ਦੇ ਉੱਤੇ ਸੇ ਇਹਨੂੰ ਭੋਨੀ ਲਾਵਣੀ ਐ ਇਤੋਂ ਨਜ਼ਰਾਂ ਦੇ ਪੀਓ ਸੀ ਸੈਂ ਉਸ ਤੋਂ ਬਾਅਦ ਸਬਜ਼ ਮਿਰਚ ਜਿਹੜੀ ਸੈਂ ਤੁਸਾਂ ਐਡ ਕਰ ਲਵਣੀ ਹੈ ਕਿ ਜੋ ਕਿ ਬਹੁਤ ਜ਼ਬਰਦਸਤ ਟੇਸਟ ਬਣਦਾ ਸਬਜ਼ ਮਿਰਚ ਵੈਸੇ ਵੀ ਨੁਕਸਾਨ ਦੇ ਚੀਜ਼ ਨਹੀਂ ਹੁੰਦੀ ਜਿੰਨ ਤੁਸਾਂ ਇਸਤੇਮਾਲ ਕਰੋ ਇਹ ਸਾਰੀ ਭੋਣੀ ਲੱਗ ਗਈ ਹੈ ਇਤੋਂ ਨਜ਼ਰਾਂ ਦੇ ਪੀਓ ਸੀ ਬਹੁਤ ਸੈਂ ਖੂਬਸੂਰਤ ਨਜ਼ਰਾਂ ਦੇ ਪੇ ਭੋਣੀ ਲੱਗੀ ਹੋਈ ਤੇ ਉਸ ਤੋਂ ਬਾਅਦ ਸੈਂ ਸਾਡੇ ਕੋਲ ਕੱਚੀ ਬਾਂਸ ਪੱਤੀ ਤੇ 2 ਕਿਲੋ ਚਾਵਲ ਲੈ ਲਏ ਉਹਦੇ ਅੰਦਰ ਸਸਾਂ ਸੈਂ 1.5 ਕਿਲੋ ਪਾਣੀ ਐਡ ਕਰਨਾ 1.5 ਕਿਲੋ ਪਾਣੀ ਐਡ ਕਰਨ ਦੇ ਪੈਸੇ ਇਹ ਅੱਧਾ ਕਿਲੋ ਦਾ ਸੈਂ ਇੱਕ ਕੋਜ਼ਾ ਹੁੰਦਾ ਹੈ ਐਸੇ ਸਾਡਾ ਪਾਣੀ ਐਡ ਹੋ ਗਿਆ ਤਾਂ ਨਜ਼ਰ ਆਂਦਾ ਪਈ ਹੈ 1.5 ਕਿਲੋ ਅਸੀਂ ਇਹਦੇ ਅੰਦਰ ਪਾਣੀ ਐਡ ਕੀਤੇ ਅਸੀਂ ਤੁਹਾਨੂੰ ਨਜ਼ਰ ਵੀ ਆਂਦਾ ਪਈਓ ਸੀ ਕੈਮਰੇ ਦੇ ਵਿੱਚ ਸਹੀਂ ਸਹੀਂ ਅਸਾਂ ਚਾਵਲ ਨੂੰ ਸਿਰਫ 1 ਮਿੰਟ ਪੋਸ ਦਿੱਤੀ ਹੈ ਤੇ ਹੁਣ ਚਾਵਲ ਅਸਾਂ ਧੋ ਕੇ ਤੇ ਵਿੱਚ ਪਾਉਣ ਕੱਚੀ ਬਾਸ ਪੱਤੀ ਨੂੰ ਥੋੜਾ ਇੱਕ ਪੁਸਾਉਣਾ ਪਉਂਦਾ ਤੇ ਪੱਕੀ ਬਾਸ ਪੱਤੀ ਨੂੰ 1 ਘੰਟਾ ਪੂਰਾ ਪਾਣੀ ਵਿੱਚ ਪੁਸਾ ਕੇ ਰੱਖਣਾ ਪਉਂਦਾ ਸਹੀਂ ਮਾਸ਼ਾਅੱਲਾ ਸਹੀਂ ਬਹੁਤ ਜ਼ਬਰਦਸਤ ਸੋਹਣੀ ਖੁਸ਼ਬੂ ਆਂਦੀ ਪਈ ਹੈ ਸਹੀਂ ਮੋਂ ਕਮਾਲ ਦੀ ਰੈਸਪੀ ਤਿਆਰ ਹੋਣੀ ਪਈ ਸੈਂ ਜਿਹੜਾ ਬੰਦਾ ਖਾਸੀ ਤੇ ਸੈਂ ਅੰਗਲੀਆਂ ਚਟੇਨਾ ਰਹਾ ਵੈਸੀ ਕਿ ਯਾਰ ਕਮਾਲ ਦੀ ਰੈਸਪੀ ਹੈ ਬਿਲਕੁਲ ਕਮ ਮਸਾਲੇ ਵਾਲੀ ਦੇਸੀ ਚਾਈਨੀਸ ਸੈਂ ਬਣਾਉਂਦੇ ਪਏ ਅੱਜ ਹੁਣ ਸੈਂ ਅਸਾਂ ਚਾਵਲ ਵਿੱਚ ਐਡ ਕਰਦੇ ਪਏ ਸੈਂ ਚਾਵਲ ਐਡ ਕਰਦੇ ਹੁਣ ਐਡ ਕਰਨ ਵੇਖਸੋ ਇਹਨਾਂ ਦਾ ਪਿਓ ਅਸੀਂ ਕੱਚੀ ਬਾਸ ਪੱਤੀ ਦੇ 2 ਕਿਲੋ ਚਾਵਲ ਨੇ ਜਿਹੜੇ ਅਸਾਂ ਵਿੱਚ ਐਡ ਕਰ ਦਿੱਤੇ ਨੇ ਅਚੀ ਤਰ੍ਹਾਂ ਵਿੱਚ ਚਮਚਾ ਹਲਾ ਲਵਾਂ ਚਾਵਲ ਵਿੱਚ ਐਡ ਹੋ ਗਏ ਨੇ ਸਹੀ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਵੇਜਣਾ ਸਹੀ ਚਮਚਾ ਹਲਾ ਕੇ ਤੇ ਇਹ ਮਿਸਾਲ ਹੈ ਜਿਹੜਾ ਇਹਨਾਂ ਕਿ ਅੱਛੀ ਤਰ੍ਹਾਂ ਹਲ ਹੋ ਵਜਣ ਮਿਕਸ ਹੋ ਵਜਣ ਤਾਂ ਨਜ਼ਰ ਵੀ ਆਂਦੇ ਪੋਸਨ ਕਿ ਅਸਾਂ ਮਿਕਸ ਕਰਦੇ ਪੈ ਸਹੀ ਇਹ ਚਾਵਲ ਵਿੱਚ ਅੱਛੀ ਤਰ੍ਹਾਂ ਮਿਕਸ ਕਰ ਲਵਣ ਨੇ ਸਹੀ ਤੇ ਉਸ ਤੋਂ ਬਾਅਦ ਤੁਹਾਨੂੰ ਵਿਖਾਣੇ ਕਿ ਸਾਡੇ ਚਾਵਲ ਦਮ ਲੱਗਣ ਵਾਲੇ ਟਾਈਮ ਤੇ ਆ ਗਏ ਜਿਸ ਟਾਈਮ ਹੁਣ ਸੇ ਚਾਵਲ ਸਾਡੇ ਪੱਕ ਗਏ ਅਸਾਂ ਹੁਣ ਸਹੀਂ ਇਹਨੂੰ ਲੈਸੋ ਦੇਸੀ ਤਰੀਕੇ ਨਾਲ ਦਮ ਦੇਣ ਕਿ ਦੀ ਬਾਪ ਨਾ ਨਿਕਲੇ ਇਸ ਤਰ੍ਹਾਂ ਉੱਤੇ ਰੁਮਾਲ ਰੱਖ ਕੇ ਸਹੀਂ ਉੱਤੇ ਇੱਕ ਪਲੇਟ ਰੱਖ ਦੇਣੀ ਹੈ ਕਿ ਇਹਦੇ ਵਿੱਚ ਜਿਹੜੀ ਸਹੀਂ ਬਾਪ ਹੁੰਦੀ ਹੈ ਨਾ ਕਿ ਉਹ ਨਾ ਨਿਕਲੇ ਤੇ ਚਾਵਲ ਦਮ ਦੇ ਉੱਤੇ ਸਿਰਫ ਇੱਕ 15 ਮਿੰਟ ਖੜਾਉਣੇ ਨੇ ਕੱਚੀ ਬਾਸ ਪੱਤੀ ਦੇ ਪੱਕੀ ਬਾਸ ਪੱਤੀ ਦੇ ਤੁਸੀਂ ਆਪ ਵੇਖ ਲੈਸੇ ਕਿ ਉਹਨੂੰ ਕਿੰਨੀ ਦੇਰ ਇੱਥੇ ਖੜਾਉਣਾ ਹੈ ਦਮ ਦੇ ਉੱਤੇ ਤੇ ਵੇਖੋ ਸਹੀਂ ਕਮਾਲ ਦੇ ਸਾਡੀ ਰੈਸਪੀ ਦੇਸੀ ਚਾਈਨੀ ਸਾਡੀ ਤਿਆਰ ਹੋ ਗਈ ਹੈ ਤੇ ਤੁਹਾਨੂੰ ਨਜ਼ਰ ਵੀ ਆਉਂਦਾ ਪਿਆਸੀ ਬਹੁਤ ਅੱਛੀ ਖੁਸ਼ਬੂ ਆਉਂਦੀ ਪਈ ਸੇ ਆਏ ਹਾਏ 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 ਮਾਸ਼ਾਅੱਲਾ ਸਹੀ ਮਾਸ਼ਾਅੱਲਾ ਕਿ ਜ਼ਬਰਦਸਤ ਰੈਸਪੀ ਅਸਾਂ ਤਿਆਰ ਕੀਤੀ ਹੈ ਦੇਸੀ ਮਾਹੌਲ ਕਮ ਮਸਾਲਿਆਂ ਲਈ ਤੇ ਕਮ ਖਰਚ ਨਾਲ ਸਹੀ ਦੇਸੀ ਚਾਈਨੀਜ਼ ਜਿਹੜੀ ਅਸਾਂ ਦਿਹਾਤ ਦੇ ਅੰਦਰ ਬਣੇ ਨੇ ਉਹ ਅਸਾਂ ਤਿਆਰ ਕਰ ਲਈਏ ਤੇ ਤੁਹਾਨੂੰ ਨਜ਼ਰ ਆਂਦਾ ਪਿਓ ਸੀ ਬਹੁਤ ਸੋਹਣੀ ਖੁਸ਼ਬੂ ਹੈ ਤੇ ਅਸੀਂ ਆਪਣੇ ਦੋਸਤਾਂ ਨਾਲ ਲਾਜ਼ਮੀ ਸ਼ੇਅਰ ਕਰਨਾ ਹੈ ਥੋੜੇ ਜਿਹਾ ਟਾਈਮ ਵਿੱਚ ਇਤਨੀ ਕਮਾਲ ਦੀ ਰੈਸਪੀ ਤਿਆਰ ਕੀਤੀ ਹੈ ਕਿ ਕਮਾਲ ਮਜ਼ਾ ਆ ਗਿਆ ਸਹੀ